ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫੈਕਟ ਨਿਊਜ਼ ਤੇ ਮੈਂ ਸਿਮਰਨ ਧਾਲੀਵਾਲ। ਖਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਕਿ 2 ਦਰਜਨ ਦੇ ਕਰੀਬ ਨੌਜਵਾਨਾਂ ਦੇ ਵੱਲੋਂ ਅਣਪਛਾਤੇ ਨੌਜਵਾਨਾਂ ਦੇ ਵੱਲੋਂ ਇੱਕ ਦੁਕਾਨ ਦੇ ਵਿੱਚ ਐਂਟਰੀ ਮਾਰੀ ਜਾਂਦੀ ਹੈ ਅਤੇ ਹਥਿਆਰਾਂ ਦੇ ਨਾਲ ਲੈਸ ਹੋ ਕੇ ਉੱਥੇ ਭੰਨ ਤੋੜ ਕਰ ਦਿੱਤੀ ਜਾਂਦੀ ਹੈ। ਜੀ ਹਾਂ, ਸਾਰੀ ਦੁਕਾਨ ਦਾ ਸਮਾਨ ਤੋੜ ਦਿੱਤਾ ਜਾਂਦਾ ਹੈ ਅਤੇ ਨਾਲ ਹੀ ਬਾਹਰ ਖੜ੍ਹੇ ਵਾਹਨਾਂ ਦੀ ਵੀ ਭੰਨ ਤੋੜ ਕੀਤੀ ਗਈ ਹੈ। ਜੀ ਹਾਂ, ਇਸਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਦੁਕਾਨ ਤੇ ਹਮਲਾ ਹੋਇਆ। ਸੀਸੀਟੀਵੀ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਇਹ ਸਾਰਾ ਮਾਮਲਾ ਅੰਮ੍ਰਿਤਸਰ ਦਾ ਹੈ। ਅੰਮ੍ਰਿਤਸਰ ਦੇ ਥਾਣਾ ਹੇਰ ਕੰਬੋਜ ਦੇ ਪੰਡੋਰੀ ਵਡੈਚ ਇਲਾਕੇ ਦੇ ਵਿੱਚ ਦੁਸ਼ਮਣੀ ਦੇ ਚੱਲਦਿਆਂ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਦੁਕਾਨ ਦੀ ਭੰਨ ਤੋੜ ਕਰਕੇ ਇੱਕ ਵਿਅਕਤੀ ਨੂੰ ਜ਼ਖਮੀ ਕਰਨ ਦਾ ਮਾਮਲਾ ਹੈ। ਦੱਸ ਦਿੰਦੇ ਹਾਂ ਕਿ ਸਾਬਕਾ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਹੈ ਕਿ ਸਵੇਰੇ 10 ਵਜੇ ਦੇ ਕਰੀਬ 2 ਦਰਜਨ ਦੇ ਕਰੀਬ ਵਿਅਕਤੀ 4 ਕਾਰਾਂ 5 ਮੋਟਰਸਾਈਕਲ ਤੇ ਆਏ ਅਤੇ ਤੇਜ਼ਧਾਰ ਹਥਿਆਰ ਨਾਲ ਉਹ ਲੈਸ ਸਨ। ਹਮਲਾਵਰ ਜਿਵੇਂ ਹੀ ਦੁਕਾਨ ਦੇ ਅੰਦਰ ਦਾਖਲ ਹੋਏ, ਉਹਨਾਂ ਨੇ ਇਸਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਦੁਕਾਨ ਤੇ ਬੈਠੇ ਨੌਜਵਾਨ ਤੇ ਵੀ ਹਮਲਾਵਰਾਂ ਨੇ ਹਮਲਾ ਕਰ ਦਿੱਤਾ। ਜਦੋਂ ਦੁਕਾਨ ਤੇ ਬੈਠੇ ਨੌਜਵਾਨ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਹਮਲਾਵਰਾਂ ਨੇ ਉਸ ਤੇ ਹਮਲਾ ਕਰ ਦਿੱਤਾ। ਉਸ ਨੂੰ ਜ਼ਖਮੀ ਕਰਨ ਤੋਂ ਬਾਅਦ ਦੁਕਾਨ ਦੇ ਨਾਲ ਲੱਗਦੇ 2 ਸਾਈਕਲ ਅਤੇ ਸਕੂਟੀਆਂ ਦੀ ਜੋ ਬਾਹਰ ਵਾਹਨ ਖੜੇ ਸੀ ਉਹਨਾਂ ਦੀ ਵੀ ਭੰਨ ਤੋੜ ਕਰ ਦਿੱਤੀ। ਨਾਲੇ ਇਹ ਵੀ ਦੱਸਿਆ ਗਿਆ ਹੈ ਕਿ ਜਾਂਦੇ ਹੋਏ ਹਮਲਾਵਰ ਗੱਲੇ ਦੇ ਵਿੱਚ ਰੱਖੇ ਗਏ 35,000 ਰੁਪਏ ਦੀ ਰਾਸ਼ੀ ਵੀ ਨਾਲ ਲੈ ਕੇ ਫਰਾਰ ਹੋ ਗਏ ਹਨ। ਦੱਸ ਦਿੰਦੇ ਹਾਂ ਕਿ ਜਿਸ ਸਮੇਂ ਹਮਲਾਵਰਾਂ ਨੇ ਹਮਲਾ ਕੀਤਾ ਉਸ ਸਮੇਂ ਇਹ ਸਾਰੀ ਘਟਨਾ ਨੇੜੇ ਲੱਗੇ ਦੁਕਾਨ ਦੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਉਕਤ ਹਮਲਾਵਰਾਂ ਦੀ ਕੁਝ ਦਿਨ ਪਹਿਲਾਂ ਹੀ ਵਿਆਹ ਸਮਾਗਮ ਦੇ ਵਿੱਚ ਮਨਦੀਪ ਸਿੰਘ ਦੇ ਨਾਲ ਲੜਾਈ ਹੋਈ ਸੀ, ਜਿਸ ਦੀ ਰੰਜਿਸ਼ ਰੱਖੀ ਗਈ ਤੇ ਉਸ ਰੰਜਿਸ਼ ਦੇ ਚੱਲਦਿਆਂ ਹੀ ਇਹ ਸਾਰੀ ਭੰਨਤੋੜ ਕੀਤੀ ਗਈ ਹੈ। ਹੋਰ ਕੀ ਕੀ ਇਲਜ਼ਾਮ ਲਗਾਏ ਨੇ ਸਾਬਕਾ ਸਰਪੰਚ ਨੇ, ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਮੇਰਾ ਨਾਮ ਇਕਬਾਲ ਸਿੰਘ, ਸਾਬਕਾ ਸਰਪੰਚ ਪੰਡੋਰੀ ਵੜਾਇਆ ਜਾ। ਮਾਮਲਾ ਇਹ ਆ ਵੀ ਪੁਰਾਣੀ ਰੰਜਿਸ਼ ਸੀ ਇਹਨਾਂ ਦੀ, ਇਹ ਆਪਸ ਵਿੱਚ ਦੋਤੀ ਤੋਂ ਭਰਾ ਆ, ਇਹਨਾਂ ਦੀ ਪੋਤਰੀ ਦਾ ਵਿਆਹ ਵੀ ਸਾਨੂੰ ਵੀ ਸੱਦੇ ਉੱਥੇ ਗਏ ਹਾਂ, ਉੱਥੇ ਮੁੰਡੇ ਮੁੰਡੇ ਝਗੜੇ, ਇਹਨਾਂ ਸਾਨੂੰ ਵੀ ਪਰਚੇ ਦੇ ਵਿੱਚ ਰੱਖ ਲਿਆ ਵੀ ਛਡਾਵੇ ਕਿਉਂ ਆ। ਕਿਹੜੇ ਬੰਦੇ? ਇਹ ਲਾਡੀ ਸੋਨੂੰ ਸਰਵਣ ਸਿੰਘ ਅਤੇ 60 ਹੈ ਵਾਹਵਾ ਜਾਣੇ ਸੀ, ਬਾਕੀਆਂ ਦੇ ਨਾਮ ਤੁਹਾਨੂੰ ਪਤਾ ਮੈਂ ਇਹ ਤਾਂ 12 ਜਾਣੇ ਸੀ। ਉੱਥੇ ਜਦੋਂ ਮਨਦੀਪ ਦਾ ਗਾਲ ਘੁੱਟ ਕੇ ਸੁੱਟ ਦਿੱਤਾ, ਉਹ 5-4 ਮਿੰਟ ਮਰਿਆ ਪਿਆ ਰਿਹਾ। ਮੌਤ ਮੌਕੇ 'ਤੇ ਆਇਆ, ਮੌਤ ਨੇ ਰਾਜੀਨਾਮਾ ਕਰਾਇਆ, ਘਰੋਂ ਘਰ ਆ ਗਿਆ, ਇਹਨਾਂ ਮੁੜ ਕੇ ਜਬਰਨ ਪਰਚਾ ਕਰਾਇਆ ਗਰੇਟੇ ਦੀ ਸ਼ਹਿਰ 'ਤੇ, MLA ਜਸਵਿੰਦਰ ਸਿੰਘ ਰਜੇਟਾ, ਉਹਦੀ ਸ਼ਹਿਰ 'ਤੇ ਪਰਚਾ ਆਇਆ। ਅਤੇ ਅੱਜ ਸਵੇਰੇ ਮੇਰੇ ਘਰ ਉਹਨੇ ਰੇਡ ਕੀਤਾ, ਪੁਲ 'ਤੇ ਗੱਡੀ ਡਾ ਕੇ ਮੇਰਾ ਪੋਤਰਾ ਪੱਠੇ ਵੱਢਣ ਲਿਆ ਸੀ, ਉਹਨੂੰ ਮਾਰ ਨਹੀਂ ਦਿੱਤਾ ਇਹਨਾਂ ਤਿੰਨਾਂ ਨੂੰ, ਲਾਡੀ ਸੋਨੂੰ ਅਤੇ 60 ਅਤੇ ਦੇਬੇ ਦਾ ਨਾਰਾਇਣ ਸਿੰਘ ਦਾ ਪੋਤਰਾ, ਇਹ ਚਾਰੇ ਮਾੜੇ ਮੇਰੇ ਪੋਤਰਿਆਂ ਦੇ ਮਗਰ ਭੱਜੇ। ਉਹ ਜੀ ਭੈਣੇ ਗਿਆਨੀ ਦੀ ਬੰਬੀ ਨੂੰ ਭੱਜ ਗਏ, ਇਹਦੇ ਗਲ ਪਏ, ਉਹ ਤਗੜਾ ਸੀ, ਉਹਨਾਂ ਦੇ ਸੁੱਟ ਕੇ ਲੀਡੇ ਦੂੜੇ ਪਾੜ ਕੇ ਫਿਰ ਭੱਜ ਗਿਆ। ਮੁੜ ਕੇ ਆ ਕੇ ਉਹਨਾਂ ਨੇ ਦੁਕਾਨ ਭੰਨੀ ਹੈ, ਦੁਕਾਨ ਭੰਨੀ ਦੇ ਆਉਂਦੇ ਲਕਾਰੇ ਮਾਰਦੇ, ਅਤੇ ਸਾਡੇ ਮਗਰ ਨਗੇਟਾ, ਸਾਨੂੰ ਕਿਸੇ ਦਾ ਡਰ ਨਹੀਂ। ਕਿਹੜੀ ਪਾਲਟੀ ਦਾ ਮੈਨੂੰ? MLA ਆਪਣਾ ਆਪ ਦਾ, ਝਾੜੂ ਵਾਲਿਆਂ ਦਾ ਝਾੜੂ ਫੇਰਦੇ, ਵੀ ਸਾਫ਼ ਕਰ ਦੇਣਾ, ਕਿਸੇ ਦਾ ਰਹਿਣ ਕੱਖ ਨਹੀਂ ਦੇਣਾ। ਕੀ ਵਜ੍ਹਾ ਕਿਉਂ? ਵਜ੍ਹਾ ਤੁਹਾਨੂੰ ਦੱਸਤੀ, ਇਹੋ ਹੀ ਵੀ ਝਗੜਾ ਵਾ ਆਪਸ ਵਿੱਚ ਇਹਨਾਂ ਦਾ, ਸਾਡਾ ਕੋਈ ਝਗੜਾ ਨਹੀਂ, ਸਾਨੂੰ ਤਾਂ ਨਜਾਇਜ਼ ਤੌਰ 'ਤੇ ਉਹਨਾਂ ਨੇ ਵਿੱਚ ਫਸਾਇਆ। ਪਰ MLA ਸਾਹਿਬ ਦਾ ਚੋਰੀ ਤੁਹਾਨੂੰ? MLA ਦੀ ਆ ਵੀ ਹੁਣ ਵੋਟਾਂ ਨਹੀਂ ਪਾਈਆਂ ਸੀ ਅਕਾਲੀਆਂ, ਫਿਰ ਹੁਣ ਅਸੀਂ ਕਾਂਗਰਸ ਦੀਆਂ, ਕਾਂਗਰਸ ਨੂੰ ਵੋਟਾਂ ਪਾਈਆਂ ਸੀ ਤਰਸੇਮ ਸਿੰਘ ਸਿਆਲਕੇ ਨੂੰ, ਉਹ ਤਾਂ ਤੁਸੀਂ ਮੈਨੂੰ ਵੋਟਾਂ ਨਹੀਂ ਪਾਈਆਂ, ਮੇਰੇ ਕੋਲ ਸਰਪੰਚ ਵੀ ਰਿਹਾ, ਮੈਂ ਤੇਰੇ ਕੋਲ ਬਦਲੇ ਲੈਣੇ, ਤੁਹਾਡੇ ਕੋਲ ਬਦਲੇ ਲੈਣੇ ਕਾਂਗਰਸ। ਤੁਸੀਂ ਵੱਡੇ ਇਲਜ਼ਾਮ ਲਾ ਰਹੇ ਹੋ MLA ਸਾਹਿਬ ਦੇ, ਉਹਨਾਂ ਨਾਲ ਗੱਲਬਾਤ ਹੋਈ ਤੁਹਾਡੀ? ਮੈਂ ਕਿਹਾ ਜੀ ਸਾਨੂੰ ਮਿਲਦਾ ਹੀ ਨਹੀਂ ਤਾਂ ਇਲਜ਼ਾਮ ਕਿੱਥੋਂ ਲੱਗਣੇ, ਇਲਜ਼ਾਮ ਤੁਸੀਂ ਸੱਚੇ ਲਾਉਣ ਦਾ ਮਿਲਦਾ ਹੀ ਕਿਸੇ ਨੂੰ ਨਹੀਂ। ਪਿੱਛੇ ਜਿਹਾ ਝਗੜਾ ਸੀ ਇਹਨਾਂ ਦਾ, ਉਦੋਂ ਜਮਾਨ ਤੱਕ ਨੇ 15 ਦਿਨ ਮੁੰਡੇ ਭੱਜੇ ਨਸੇ ਰਹੇ ਸੀ, ਉਹ ਵੀ ਰਾਜੀਨਾਮਾ ਹੋ ਗਿਆ ਸੀ, ਗੁਆਇਸ਼ ਪਾਈ ਸੀ ਇਹਨੇ ਪਰਚਾ ਕਰਾਇਆ ਵੀ MLA ਬਣ ਗਿਆ, ਮੈਂ ਪਰਚਾ ਕਰਾਉਣਾ, ਕਰਾ ਕੇ 15 ਦਿਨ ਦੀ ਜਮਾਨ ਤੋਂ ਹੀ ਆ। ਹੁਣ ਕਿੰਨਾ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਜੀ 35,000 ਦਾ ਨਕਦ ਲੈ ਗਏ ਆ, ਬਾਕੀ ਆਪ ਸਕੂਟ ਨਹੀਂ ਭੱਜੀ ਆ, ਹੋਰ ਹੁਣ ਦੱਸੋ ਹਿਸਾਬ ਕਿਤਾਬ, ਮਾਲਕ ਆਉਣਗੇ ਗਿਣ ਕੇ ਦੱਸਣਗੇ ਕੀ ਕੁਝ ਗਿਆ ਇੱਥੋਂ। ਕਿੰਨੇ ਜੀ ਬੰਦੇ ਆਏ ਸੀ? ਬੰਦੇ ਜੀ 4-5 ਮੋਟਰਸਾਈਕਲ ਅਤੇ 4 ਗੱਡੀਆਂ। ਪੁਲਿਸ ਹੋ ਕੇ ਗਈ ਇੱਥੋਂ ਜੀ, ਪੁਲਿਸ ਕੀ ਕਰਦੀ ਜੀ MLA ਸਾਹਮਣੇ ਪੁਲਿਸ ਪੁੰਦੀ ਆ, ਇਹ ਵੀ ਮਜੀ ਇਹ ਵੀ ਮਾਨ ਖਾ ਰਿਹਾ ਇੱਥੇ ਲੱਗਾ, ਅਤੇ ਉਹ ਅੰਗਰੇਟਾ ਉਹਨੇ ਲਾਗਾ ਬੰਨਿਆ ਵਾ, ਉਹਨੇ ਤਾਂ ਲਵਾਏ ਆ। ਕੀ ਚਾਹੁੰਦੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਇੱਥੇ ਜੀਣਾ, ਮਾਰੇ ਤੋਂ ਫਿਰ SSP ਦਾ ਸਮਾਨ ਲੱਦ ਕੇ ਚੱਲ ਜਾਣਾ, ਵੀ ਸਾਨੂੰ ਦੱਸੋ ਜੀ ਅਸੀਂ ਕਿੱਥੇ ਰਹੀਏ, ਸਾਨੂੰ ਨਹੀਂ ਰਹਿਣ ਦਿੰਦਾ। ਸੁਨੀਲ ਸਿੰਘ, ਹਾਂਜੀ, ਇੱਥੇ ਮੌਕੇ 'ਤੇ ਮਤਲਬ ਵੀ ਮੈਂ ਇੱਥੇ ਦੁਕਾਨ 'ਤੇ ਹੈਗਾ ਸੀ, ਅਤੇ ਜਦੋਂ ਇਹ ਆਏ ਆ ਇੱਕ ਗੱਡੀ ਆਈ, ਮੈਂ ਕਿਹਾ ਸ਼ਾਇਦ ਗਾਹਕ ਆਏ ਆ, ਜਦੋਂ ਇਹਨਾਂ ਨੇ ਆਣ ਕੇ ਬੋਤਲਾਂ ਮਾਰਨੀਆਂ ਸ਼ੁਰੂ ਕਰਤੀਆਂ, ਮੈਂ ਚੁੱਪ ਕਰਕੇ ਦੂਜੀ ਦੁਕਾਨ 'ਤੇ ਭੱਜ ਗਿਆ। ਇੱਥੇ ਮੁੜ ਕੇ ਹੋਰ 3-4 ਗੱਡੀਆਂ ਆਈਆਂ ਨਾਲ, ਅਤੇ 4-5 ਮੋਟਰਸਾਈਕਲ ਸੀ, ਆਣ ਕੇ ਇੱਥੇ ਤੋੜ ਭੰਨ ਕਰਨ ਡਿਆ ਪਿਆ, ਗਾਲਾਂ ਕੱਢਣ ਡਿਆ ਪਿਆ, MLA ਦਾ ਨਾਂ ਲੈਂਦੇ ਸੀ ਵੀ ਸਾਡੇ 'ਤੇ ਕੋਈ ਪਰਚਾ ਨਹੀਂ ਕਰ ਸਕਦਾ, ਸਾਡਾ MLA ਨਾਲ ਵਾ, ਅਤੇ ਇਹੋ ਕਰਕੇ ਬਸ ਮਤਲਬ ਉੱਧਰ ਮੈਂ ਭੱਜ ਗਿਆ, ਮੁੜ ਕੇ ਉੱਧਰ ਜਾ ਕੇ ਮੈਂ ਇੱਧਰ ਵੇਖਿਆ ਨਹੀਂ ਕੁਝ ਕੀ ਹੋਇਆ, ਤੋੜ ਭੰਨ ਕੀਤੀ ਉਹਨੇ ਆਣ ਕੇ, 35,000 ਰੁਪਇਆ ਨਕਦੀ ਸੀ, ਉਹ ਕਿਸੇ ਨੂੰ ਦੇਣਾ ਸੀ ਅਤੇ ਉਹ ਵੀ ਕੱਢ ਕੇ ਲੈ ਗਿਆ ਕਾਊਂਟਰ ਦਾ ਮਤਲਬ ਗਲਾ ਦਿੱਤਾ, MLA ਦਾ ਜਿਹੜਾ ਆਮ ਪਾਰਟੀ ਦਾ ਜੀ। ਕਿਹੜੇ ਏਰੀਏ?
हाँ जी, ये पंडोरी बड़ाज मजीठा रोड अमृतसर। अच्छा, नुकसान होया? हाँ जी, इतने 35,000 रुपया नगद लैके जे स्कूटरी तोड़ गए, जो 3-2 साइकिल तोड़ गए जे काउंटर जी। किन्ने जी बंदे? हाँ जी, किन्ने जी बंदे है? 20-25 जने। मूँह बन्ने? हाँ जी, 5-7 जने मूँह बन्ने, बाकी बाहरों ही, तो बाकी पिंड दे सारे। पुलिस आई फिर? हाँ जी आई मौके। किन्ना हो चाहते हो? अं चाहते इंसाफ मिले चाहिए। मान लो कल मैं कला बैठा ना, के गल पहन के मेरे कले दे भी, मैं तो अपनी जान महा पजाई दूजी दुकान से भज गया। इस संबंध में पुलिस चौंकी बलकला के इंचार्ज जसबीर सिंह ने दसिया है कि दोवें धिरां वालों शिकायत आई ने, दोवें पासे दे आदमी जख्मी हुए हैं, मैडिकल रिपोर्ट आने तो बाद बनती कार्रवाई की जाएगी। जसबीर सिंह चौंकी इंचार्ज बलकला। की मामला जी जिहड़ा है? अज्ज मैनूं कोई 8 बजे फोन आया भी, उत्थे इन्हां दे मनदीप की दुकान पर कोई बंदे आए 7-8 तो भन तोड़ करके गए, तो मैं मौके जाके मौका वेख्या, तो यह भी पता लगा कि वो जो बंदे इन्हां दे आपस में कोई इंजर हुए आ, वो हस्पताल दाखिल आ, जो अमला रहूंगे मुताबिक कोई कागज नहीं। पहले इन मुकदमे आपस में चलते हैं जी, 4-5 मुकदमे सट्टा दे 35,000 की चोरी भी हुई नहीं, वो दे बारे नहीं। बिल्कुल नहीं, बिल्कुल बिना तो बात मैं काम कर रहा, मेरे किस तो बारे की क्यों ना ले रहे फिर MLA साहब? बिल्कुल वो तो अपने मैं नहीं पता, मैं तो बिना धारक होकर काम कर दिया जी, मैनू किसी पार्टी का भी कार्रवाई की जा रही, मैं जो MLA आऊगी वो मुताबिक जी कानूनी कार्रवाई। पुलिस वालों फिलहाल यह किया गया है कि निरपक्ष जांच की जाएगी, जो दोषी पाया गया है उस विरुद्ध कार्रवाई जरूर होगी। देखते हैं कि इस मामले आखिरकार किसकी गलती निकल के सामने आती है। ब्यूरो रिपोर्ट, फैक्ट न्यूज़।